इस तरह है जिस तरह इंसानी ज़िंदगी में पानी की ज़रूरत है। सही है भाई, भाई इन्नी कि इंडियन ऑयल की इंपोर्टेंस है, तुम खुद अंदाजा ला सकते जो जिनी जरूरत तुम पानी की है, इदा ही मोटरसाइकिल इंजन ऑयल की है। तो लेकिन अगर अं इंजन ऑयल के बारे गल की जाए तो इंजन ऑयल दिमाग अवेलेबल 250 रुपये लीटर भी मिलता, 350 भी मिलता, 450 लीटर भी मिलता वा, 450 रुपये लीटर भी मिलता वा। तो साढ़े वर्गा आम बंदा यही सोचता कि यार 450 रुपये लीटर तेल लै लें तो साडा मोटरसाइकिल चंगा होएगा, पर सानू की पता 450 वाले डब्बे दे विच 250 रुपये वाला लीटर तेल है। तो अज असी इन्हां ते रोशनी पावांगे, इन्हां नू तुहाडे सामने लैके आवांगे। तो सही है, साडे कोल आ दो हैवोलीन दे, मेरे ख्याल नाल सब तो अच्छा इस टाइम हैवोलीन जा रहा है। तुसीं अपनी मोटरसाइकिल किहड़ा मोबाइल यूज़ करदे हो तुसीं थले ਜ਼ਰੂਰ ਕਮੈਂਟ ਸੈਸ਼ਨ 'ਚ ਦੱਸਿਓ। ਅਤੇ ਸਹੀ ਹੈ, ਸਾਡੇ ਕੋਲ ਦੋ ਜਿਹੜੇ ਨੇ ਆਇਲ ਦੇ ਡੱਬੇ ਨੇ, ਦੋਨੋਂ ਤੁਸੀਂ ਸਕਰੀਨ 'ਤੇ ਆਪਣੀ 'ਤੇ ਦੇਖ ਸਕਦੇ ਜੋ ਬਿਲਕੁਲ ਸੇਮ ਲੁੱਕ ਪ੍ਰੋਵਾਈਡ ਕਰ ਰਹੇ ਨੇ। ਇੱਕ ਪਾਸੇ ਰੀਅਲ ਹੈ, ਇੱਕ ਪਾਸੇ ਫੇਕ ਆ। ਸਹੀ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਆਹ ਵਾਲਾ ਰੀਅਲ ਆ ਅਤੇ ਆਹ ਵਾਲਾ ਫੇਕ ਆ, ਤੁਸੀਂ ਖੁਦ ਅੰਦਾਜ਼ਾ ਕਰ ਸਕਦੇ ਜੋ ਇਤਨਾ 'ਚ ਕੀ ਫਰਕ ਆ। ਇਹਨਾਂ 'ਚ ਫਰਕ ਬਸ ਆਹ ਚਿੱਪ ਦਾ ਵਾ, ਚਿੱਪ ਕੀ ਸਟਰੈਪ ਦਾ ਫਰਕ ਆ, ਜਿਹਦੇ ਉੱਤੇ ਕੋਡ ਲਿਖਿਆ ਹੁੰਦਾ। ਬਕਾਇਦਾ ਕੋਡ ਤੁਸੀਂ ਆਪਣੇ ਮੋਬਾਈਲ 'ਤੇ ਡਾਇਲ ਕਰਕੇ ਕੰਪਨੀ ਨੂੰ ਸੈਂਡ ਕਰ ਸਕਦੇ ਜੋ, ਉਹ ਕੰਪਨੀ ਤੁਹਾਨੂੰ ਰਿਪਲਾਈ ਕਰੇਗੀ ਕਿ ਹਾਂ ਇਹ ਕੋਡ ਸਾਡੀ ਫੈਕਟਰੀ 'ਚੋਂ ਨਿਕਲਿਆ ਵਾ, ਇਹ ਮੋਬਾਈਲ ਸਾਡੀ ਫੈਕਟਰੀ ਦਾ, ਉਹ ਤੁਹਾਨੂੰ ਵੈਰੀਫਿਕੇਸ਼ਨ ਕੋਡ ਦੇਗੀ। ਲੇਕਿਨ ਅਗਰ ਤੁਸੀਂ ਮੈਸੇਜ ਸੈਂਡ ਕਰਦੇ ਹੋ ਉਹ 'ਚ ਤੁਹਾਨੂੰ ਪੈਸੇ ਲੱਗਦੇ ਨੇ, ਯਾਨੀ ਕਿ 2 ਰੁਪਏ ਲੱਗਦੇ, ਐਕਸਟਰਾ ਚਾਰਜਿਸ ਲੱਗਦੇ ਨੇ। ਸਹੀ ਆ, ਅਤੇ ਜਿਹੜੀ ਲੋਕਲ ਕੰਪਨੀ ਆ ਉਹਦੇ 'ਤੇ ਕੋਡ ਲਿਖਿਆ ਹੀ ਨਹੀਂ ਹੁੰਦਾ, ਅਤੇ ਤੁਸੀਂ ਆ ਸਟਰੈਪ ਸ਼ਾਇਦ ਤੁਹਾਨੂੰ ਨਾ ਸਹੀ ਰਿਲਾਈਜ਼ ਹੋ ਸਕੇ। ਲੇਕਿਨ ਇਹ ਦੋਨੇ ਜੋ ਜਿਹੜੀਆਂ ਸਟਰੈਪਾਂ ਵਾ ਜਿਹਨਾਂ 'ਤੇ ਕੋਡ ਲਿਖਿਆ, ਇਹਨਾਂ ਦੀ ਕੁਆਲਿਟੀ 'ਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਆ। ਲੇਕਿਨ ਜਿਹੜੇ ਬੰਦੇ ਨੇ ਇੱਕ ਚੰਗੀ ਸ਼ੈ ਵੇਖੀ ਨਹੀਂ, ਚੰਗੀ ਕੁਆਲਿਟੀ ਦੀ ਸਟਰੈਪ ਵੇਖੀ ਨਹੀਂ, ਉਹ ਮਾੜੀ ਕੁਆਲਿਟੀ ਵਾਲੀ ਸਟਰੈਪ ਵੀ ਕਹੇਗਾ ਇਹ ਓਰੀਜਨਲ ਮੋਬਾਈਲ ਆ। ਸਹੀ ਆ, ਤੁਸੀਂ ਇਹਨੂੰ ਸਕਰੈਚ ਕਰਕੇ ਦੇਖਣਾ, ਫਾਰਮੈਲਿਟੀ ਪੂਰੀ ਕਰਨੀ। ਅਤੇ ਦੂਜੇ ਨੰਬਰ 'ਤੇ ਯਾਰ, ਇਹਨਾਂ ਸਾਰਿਆਂ ਪ੍ਰੋਪਗੰਡਿਆਂ ਤੋਂ ਬਚਣ ਵਾਸਤੇ ਮੈਂ ਤੁਹਾਨੂੰ ਇਹ ਰਿਕਮੈਂਡ ਕਰਾਂਗਾ ਕਿ ਜਾਣਨ ਵਾਲੇ ਬੰਦੇ ਉਹ ਮੋਬਾਈਲ ਲਿੱਤਾ ਜਾਏ। ਸਹੀ ਆ, ਇਹ ਇਹਦੇ 'ਚ ਫਾਇਦਾ ਦੁਕਾਨਦਾਰ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ, ਅਤੇ ਦੂਜੇ ਨੰਬਰ 'ਤੇ ਸੇਲਰ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ। ਅਤੇ ਦੁਕਾਨਦਾਰ ਤੁਹਾਨੂੰ ਝਵਲ ਮਾਰ ਸਕਦਾ। ਅਤੇ ਇਸ ਤੋਂ ਬਚਣ ਵਾਸਤੇ ਮੋਬਾਈਲ ਅਗਰ ਤੁਸੀਂ ਗੰਦਾ ਆਪਣੀ ਮੋਟਰਸਾਈਕਲ 'ਚ ਇਸਤੇਮਾਲ ਕਰੋਗੇ ਤਾਂ ਤੁਹਾਡੇ ਮੋਟਰਸਾਈਕਲ ਦਾ ਜ਼ਾਹਰੀ ਗੱਲ ਹੈ ਨੁਕਸਾਨ ਹੋਏਗਾ। ਅਤੇ ਇਹ ਮੋਬਾਈਲ ਤੁਹਾਨੂੰ ਖੁੱਲ੍ਹਾ ਵੀ ਮਿਲ ਜਾਏਗਾ, ਤਾਂ ਤੁਸੀਂ ਖੁਦ ਵੀ ਖੁੱਲ੍ਹਾ ਲੈ ਸਕਦੇ ਜੋ 250 ਰੁਪਏ ਲੀਟਰ, ਜਿਹੜੇ ਮਾੜਾ ਹੀ ਪਾਉਣਾ ਅਤੇ ਆਪ ਜਾ ਕੇ ਛਾਪਰ 'ਚ ਜਾ ਕੇ ਲੈ ਆਓ ਉੱਥੋਂ, ਕਿਹੜੀ ਗੱਲ ਆ। ਬਾਕੀ ਦੂਸਰੇ ਨੰਬਰ 'ਤੇ ਆ, ਤੁਸੀਂ ਸਟਰੈਪ ਦੇਖ ਸਕਦੇ ਜੋ, ਮੈਂ ਇਹ ਹੀ ਇਹਤਿਆਤੀ ਤਦਾਬੀਰ ਇਹ ਹੀ ਹੋ ਸਕਦੀਆਂ ਕਿ ਜਦੋਂ ਵੀ ਤੁਸੀਂ ਕੋਈ ਮੋਬਾਈਲ ਲੈਣ ਜਾਓ ਉਹਦੀ ਡੱਬੇ ਦੀ ਕੰਡੀਸ਼ਨ ਦੇਖੋ। ਡੱਬੇ 'ਤੇ ਇਹ ਯੂਜ਼ ਕਰਦੇ ਨੇ ਜਿਹੜਾ ਰੀਸਾਈਕਲ ਕਰਦੇ ਨੇ ਡੱਬੇ ਨੂੰ, ਇੱਕ ਜਿਹੜਾ ਕਸਟਮਰ ਹੈ ਉਹਨੂੰ ਰੀਸਾਈਕਲ ਹੋਇਆ ਤੇਲ ਮਿਲਦਾ, ਰੀਸਾਈਕਲ ਹੋਇਆ ਤੇਲ, ਉਹ ਰੀਸਾਈਕਲ ਵਾਲਾ ਅਲੱਗ ਪ੍ਰੋਸੈਸ ਆ। ਲੇਕਿਨ ਫਿਲਹਾਲ ਅਸੀਂ ਕੰਪਨੀ ਦੇ ਡੱਬੇ ਦੀ ਕੁਆਲਿਟੀ ਦੇ ਗੱਲ ਕਰ ਰਹੇ ਹਾਂ। ਅਤੇ ਇੱਕ ਜਿਹੜਾ ਹੁੰਦਾ ਮਕੈਨਿਕ, ਉਹ ਜਦੋਂ ਤੁਹਾਡਾ ਮੋਬਾਈਲ ਤੇਲ ਚੇਂਜ ਕਰਦਾ ਵਾ, ਉਹ ਡੱਬਾ ਅੱਗੇ ਵੇਚ ਦਿੰਦਾ ਕਬਾੜੀਏ ਨੂੰ, ਕਬਾੜੀਏ ਅੱਗੇ ਡੱਬਾ ਦੇ ਦਿੰਦੇ ਨੇ। ਆ ਜਿਹੜੇ ਲੋਕਲ ਤੇਲ ਬਣਾਉਂਦੇ ਨੇ ਉਹ ਡਰਮਾਂ 'ਚੋਂ ਕੱਢ ਕੱਢ ਤੇਲ ਪਾ ਕੇ ਸੀਲਾਂ ਲਾ ਕੇ ਫਿਰ ਘੱਲੀ ਜਾਂਦੇ। ਸਹੀ ਹੈ, ਅਤੇ ਜਿਹੜਾ ਡੱਬਾ ਹੋਏਗਾ ਲੋਕਲ ਉਹਦੀ ਕੁਆਲਿਟੀ ਡੱਬੇ ਦੀ ਤੁਸੀਂ ਖੁਦ ਚੈੱਕ ਕਰਨੀ ਆ ਕਿ ਉਹਦੇ 'ਤੇ ਥੋੜ੍ਹੀਆਂ ਜਿਹੀਆਂ ਸਕਰੈਚਾਂ ਪਈਆਂ ਹੋਣਗੀਆਂ, ਅਤੇ ਉਹਦੀ ਕੁਆਲਿਟੀ ਲੋਅ ਕੁਆਲਿਟੀ ਹੋਏਗੀ। ਸਹੀ ਹੈ, ਤੁਸੀਂ ਇਹ ਚੀਜ਼ਾਂ ਦਾ ਖਿਆਲ ਰੱਖਣਾ ਅਤੇ ਤੁਸੀਂ ਆਪਣੀ ਸਮਝ ਨਾਲ ਤੇਲ ਪਵਾਉਣਾ ਠੀਕ ਆ। ਅਤੇ ਜਿੱਥੇ ਤੁਹਾਨੂੰ ਜ਼ਰਾ ਵੀ ਸ਼ੱਕ ਹੁੰਦਾ ਅਗਲੇ ਦਿਨ ਤੁਸੀਂ ਦੁਕਾਨ ਬਦਲੋ। ਬਾਕੀ ਬਹੁਤ ਜ਼ਿਆਦਾ ਕੰਪਨੀ ਹੈ, ਜ਼ਿਕ ਹੋ ਗਈ ਹੈ, ਜਮਸਾ ਹੋ ਗਈ, ਇਹਨਾਂ ਨੇ ਔਫਰ ਨਿਕਾਲੀ ਹੈ ਕਿ ਜਿਹੜਾ ਮਕੈਨਿਕ ਆ ਉਹ ਡੱਬੇ ਦੇ ਵਿੱਚ ਸਲਾਖ ਡੈਮੇਜ ਕਰਕੇ ਡੱਬਾ ਸਾਨੂੰ ਦੇ ਅਤੇ ਅਸੀਂ ਉਹਨੂੰ ਉਹ ਡੱਬੇ ਦੇ ਬਦਲੇ 10 ਰੁਪਏ ਦੇਵਾਂਗੇ। ਜਮਸਾ ਵੀ ਅੱਛੀ ਕੰਪਨੀ ਹੈ, ਜ਼ਿਕ ਵੀ ਅੱਛੀ ਕੰਪਨੀ ਜਾ ਰਹੀ ਹੈ, ਤਾਂ ਇਹਨਾਂ ਨੇ ਇਹ ਔਫਰ ਲਗਾਈ ਹੈ ਕਿ ਆਪ ਨਾ ਹਮੇ ਜੋ ਕੈਪ ਹੋਤੇ ਹੈ ਬੋਕਸ ਕੇ ਵੋ ਅਗਰ ਦੇਂਗੇ ਤਾਂ ਹਮ ਆਪਕੋ 5 ਰੁਪਏ ਦੇਂਗੇ। ਇਸ ਤਰ੍ਹਾਂ ਉਹਨਾਂ ਨੇ ਨਾ ਵੈਲਿਊ ਕ੍ਰੀਏਟ ਕੀ ਹੋਈ ਹੈ ਤਾਂ ਕਿ ਹਮੇ ਇਹ ਚੀਜ਼ਾਂ ਵਾਪਸ ਕਰ ਦੇ, ਤਾਂ ਕਿ ਕੋਈ ਹਮਾਰੀ ਕੰਪਨੀ ਹਮਾਰੀ ਬ੍ਰੈਂਡਿੰਗ ਕੀ ਨਾਮ ਨਾ ਗੰਦਾ ਕਰੇ। ਜ਼ਾਹਰੀ ਗੱਲ ਆ ਜੀ, ਹੈਵੋਲੀਨ ਦਾ ਜਦੋਂ ਹੁਣ ਤੁਸੀਂ ਲੋਕਲ ਤੇਲ ਪਾਉਣਾ ਤੁਹਾਡੇ ਮੋਟਰਸਾਈਕਲ ਨੇ ਅੱਛਾ ਰਿਸਪੋਂਸ ਨਹੀਂ ਦੇਣਾ, ਤੁਸੀਂ ਤਾਂ ਇਹ ਹੀ ਅਗਲੇ ਬੰਦੇ ਨੂੰ ਕਹਿਣਾ ਯਾਰ ਹੈਵੋਲੀਨ ਦਾ ਤੇਲ ਪਾਇਆ, ਮੋਟਰਸਾਈਕਲ ਖੜਕਣ ਲੱਗ ਪਈ, ਇਹ ਹੋ ਗਿਆ ਵੋ ਹੋ ਗਿਆ, ਜੋ ਵੀ ਇਸ਼ੂ ਆਏਗੇ। ਤਾਂ ਇਹ ਸਾਰੇ ਆਪਣੇ ਖੁਦ ਧਿਆਨ ਰੱਖਣਾ ਹੈ ਕਿ ਆਪਕੋ ਅੱਛਾ ਤੇਲ ਡਲਵਾਉਣਾ ਚਾਹੀਏ, ਔਰ ਆਪਕੋ ਖਿਆਲ ਇਸ ਬਾਤ ਕਾ ਰੱਖਣਾ ਹੈ ਕਿ ਡੱਬੇ ਕੀ ਕੰਡੀਸ਼ਨ ਯੈਸ ਹੋ। ਔਰ ਦੂਸਰੇ ਨੰਬਰ 'ਤੇ ਸਭ ਤੋਂ ਵੱਡੀ ਯਾਰ ਇਹਤਿਆਤੀ ਤਦਾਬੀਰ ਇਹ ਹੀ ਹੈ, ਮੈਂ ਦੁਬਾਰਾ ਦੱਸਦਾ ਪਿਆ, ਤੁਸੀਂ ਆਪਣੇ ਕਿਸੇ ਜਾਣਨ ਵਾਲੇ ਬੰਦੇ ਕੋਲ ਜਾਓ। ਅਤੇ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ, ਅਤੇ ਜੇ ਵੀਡੀਓ ਅੱਛੀ ਲੱਗੀ ਹੈ ਤਾਂ ਲਾਈਕ ਕਰ ਦਿਓ, ਜੇ ਜ਼ਿਆਦਾ ਹੀ ਅੱਛੀ ਲੱਗੀ ਹੈ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ।